ਤੇ ਅੱਗੇ ਜਾ ਕੇ ਫਿਰ ਉਹਨੇ ਪਿੱਛੋਂ ਗੱਡੀ ਮਾਰਨ ਲੱਗੇ ਬਾਈਕ 'ਚ ਉਦੋਂ ਫਿਰ ਵਿੱਚ ਵੱਜੀ ਉੱਥੇ ਬਦਬੇਜ਼ੀ ਕੀਤੀ ਫਿਰ ਉੱਥੇ ਜਾ ਕੇ ਲੜਨ ਲੱਗ ਪਏ ਕੁੱਟ ਦੇ ਘਟਾਉਂਦੇ ਉਹਨੇ ਬਹੁਤ ਵਾਲ ਖਿੱਚੇ ਮੇਰੇ ਪਿੱਠ 'ਤੇ ਵੀ ਕੁਨੀਆਂ ਮਾਰੀਆਂ ਔਰ ਮੇਰੇ ਹੱਥ 'ਤੇ ਚੱਕ ਵੀ ਵੱਡੇ ਔਰ ਮੇਰੇ ਨੱਕ 'ਤੇ ਵੀ ਵੱਡੀ ਹੈ ਜਿਹੜੀ ਬੇਇੱਜ਼ਤੀ ਸਾਡੀ ਪਰਿਵਾਰਕ ਤੌਰ 'ਤੇ ਵੀ ਹੋਈ ਹੈ ਔਰ ਬੱਚਿਆਂ ਦੀ ਬੇਇੱਜ਼ਤੀ ਹੋਈ ਹੈ ਇਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਮੁੰਡਿਆਂ ਦੁਆਰਾ ਗੁੰਡਾਗਰਦੀ ਕੀਤੇ ਜਾਣ ਦੀਆਂ ਗੱਲਾਂ ਅਤੇ ਅਜਿਹੀਆਂ ਘਟਨਾਵਾਂ ਆਮ ਹੀ ਦੇਖਣ ਸੁਣਨ ਨੂੰ ਮਿਲ ਜਾਂਦੀਆਂ ਨੇ ਪਰ ਕੀ ਤੁਸੀਂ ਕਦੇ ਕਿਸੇ ਕੁੜੀ ਨੂੰ ਗੁੰਡਾਗਰਦੀ ਕਰਦੇ ਦੇਖਿਆ ਹੈ ਜੀ ਹਾਂ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦਾ ਹੈ ਜਿੱਥੇ ਇੱਕ ਭੈਣ ਭਰਾ ਆਪਣੀ ਸਕੂਟਰੀ 'ਤੇ ਜਾ ਰਹੇ ਸਨ ਕਿ ਕਾਰ ਨਾਲ ਉਹਨਾਂ ਦੀ ਸਕੂਟਰੀ ਖਹਿ ਗਈ ਜਿਸ ਨੂੰ ਉਹ ਆਮ ਘਟਨਾ ਸਮਝ ਕੇ ਅੱਗੇ ਨਿਕਲ ਗਏ ਪਰ ਕਾਰ ਚਾਲਕ ਲੜਕੀ ਨੇ ਉਹਨਾਂ ਭੈਣ ਭਰਾਵਾਂ ਦਾ ਪਿੱਛਾ ਕਰਕੇ ਦੋ ਵਾਰੀ ਸਕੂਟਰੀ ਵਿੱਚ ਕਾਰ ਮਾਰਨ ਦੀ ਕੋਸ਼ਿਸ਼ ਕੀਤੀ ਜਦੋਂ ਇਸ ਦੇ ਬਾਅਦ ਵੀ ਉਹ ਬਚ ਨਿਕਲੇ ਤਾਂ ਕਾਰ ਚਾਲਕ ਲੜਕੀ ਨੇ ਉਹਨਾਂ ਪਿੱਛੇ ਕਾਰ ਲੈ ਜਾ ਕੇ ਉਹਨਾਂ ਨੂੰ ਪੈਟਰੋਲ ਪੰਪ 'ਤੇ ਸ਼ਰੇਆਮ ਕੁੱਟਣਾ ਸ਼ੁਰੂ ਕਰ ਦਿੱਤਾ ਦੇਖੋ ਪੈਟਰੋਲ ਪੰਪ 'ਤੇ ਲੱਗੇ ਸੀਸੀਟੀਵੀ ਦੀ ਫੁਟੇਜ ਪੀੜਿਤ ਨੇ ਦੱਸਿਆ ਕਿ ਉਹ ਲੜਕੀ ਉਹਨਾਂ ਦੇ ਮੁਹੱਲੇ ਦੇ ਇੱਕ ਪ੍ਰਾਈਵੇਟ ਡਾਕਟਰ ਦੀ ਧੀ ਹੈ ਅਤੇ ਉਸ ਨੇ ਉਹਨਾਂ ਦੇ ਬੋਤਲ ਮਾਰ ਕੇ ਜ਼ਖਮੀ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਲੜਕੀ ਨੂੰ ਕਾਫੀ ਅੰਦਰੂਨੀ ਸੱਟਾਂ ਵੀ ਲੱਗੀਆਂ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਪੀੜਿਤ ਲੜਕੀ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਪੁਲਿਸ ਨੂੰ ਰਿਪੋਰਟ ਕੀਤੀ ਗਈ ਮੇਰਾ ਨਾਮ ਰਮਨ ਹੈ ਮੈਂ ਇੱਥੋਂ ਬਾਬਾ ਰਾਮ ਲਾਲ ਨਗਰ ਦੀ ਰਹਿਣ ਵਾਲੀ ਵਾਸੀ ਹਾਂ ਅਤੇ ਉਸ 24 ਤਰੀਕ ਦੀ ਗੱਲ ਹੈ ਮੈਂ ਅਤੇ ਮੇਰਾ ਬ੍ਰਦਰ ਜਾ ਰਹੇ ਸੀਗੇ ਮੇਰਾ ਬ੍ਰਦਰ ਮੈਨੂੰ ਜੋਬ ਪਲੇਸ 'ਤੇ ਛੱਡਣ ਜਾ ਰਿਹਾ ਸੀਗਾ ਔਰ ਰਸਤੇ ਦੇ ਵਿੱਚ ਇੱਕ ਗੱਡੀ ਨਾਲ ਮਾੜੀ ਜਿਹੀ ਟੱਕਰ ਹੋ ਗਈ ਟੱਕਰ ਵੀ ਨਹੀਂ ਜਸਟ ਮਾੜਾ ਜਿਹਾ ਟੱਚ ਹੀ ਹੋਇਆ ਖਹਿ ਹੋਈ ਨਾ ਹਾਂਜੀ ਖਹਿ ਹੀ ਹੋਈ ਹੈ ਮਾੜੀ ਜਿਹੀ ਜ਼ਿਆਦਾ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਬਸ ਇੰਨਾ ਅਸੀਂ ਆਪਣੇ ਰਸਤੇ ਚਲੇ ਗਏ ਆਪਣੇ ਰਸਤੇ ਆ ਬਟ ਉਹ ਸਾਡੇ ਪਿੱਛੇ ਆਉਣ ਲੱਗ ਗਈ ਉਹਨੂੰ ਸੀਗਾ ਕਿ ਅਸੀਂ ਟੱਕਰ ਕਰਕੇ ਅਤੇ ਭੱਜ ਗਏ ਹਾਂ ਅਤੇ ਉਹਨੇ ਸਾਡਾ ਪਿੱਛਾ ਕਰਦੀ ਕੁੜੀ ਡਾਕਟਰ ਪ੍ਰਦੀਪ ਦੀ ਆ ਉਹ ਗੱਡੀ ਚਲਾਉਣ ਵਾਲੀ ਕੁੜੀ ਸੀ ਅਤੇ ਉਹ ਕੁੜੀ ਡਾਕਟਰ ਪ੍ਰਦੀਪ ਦੀ ਆ ਉਹ ਵੀ ਇਸੇ ਬਾਬਾ ਰਾਮ ਲਾਲ ਨਗਰ ਰਹਿਣ ਵਾਲੇ ਵਾਸੀ ਆ ਅਤੇ ਉਹ ਜਾ ਰਹੇ ਸੀ ਤਾਂ ਥੋੜ੍ਹੀ ਜਿਹੀ ਟੱਕਰ ਹੀ ਹੋਈ ਅਸੀਂ ਇੰਨਾ ਕਹਿ ਕੇ ਕਿ ਤੁਹਾਡੀ ਗੱਡੀ ਠੀਕ ਆ ਅਸੀਂ ਗਾਂਹ ਆਪਣੇ ਰਸਤੇ ਪੈ ਗਏ ਅਤੇ ਉਹ ਆਪਣੇ ਰਸਤੇ ਪਰ ਫਿਰ ਇੱਕਦਮ ਪਿੱਛੇ ਦੀ ਆ ਕੇ ਸਾਨੂੰ ਉਹਨੂੰ ਓਵਰਟੇਕ ਕਰਕੇ ਸਾਨੂੰ ਇੱਕਦਮ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਸਾਡੇ 'ਚ ਗੱਡੀ ਮਾਰਨ ਦੀ ਕੋਸ਼ਿਸ਼ ਕੀਤੀ ਦੁਬਾਰਾ ਫਿਰ ਉੱਥੋਂ ਦੀ ਅਸੀਂ ਥੋੜ੍ਹਾ ਬੋਲਚਾਲ ਹੋਇਆ ਗੱਡੀ 'ਚੋਂ ਨਿਕਲੀ ਉਹ ਅਤੇ ਉਹਨੇ ਸਾਨੂੰ ਕੁਛ ਚੰਗਾ ਮੰਦਾ ਬੋਲਿਆ ਅਸੀਂ ਵੀ ਕਹਿਤਾ ਕਿ ਤੁਹਾਡੀ ਗੱਡੀ ਨੂੰ ਕੁਛ ਨਹੀਂ ਹੋਇਆ ਠੀਕ ਆ ਬਿਲਕੁਲ ਅਤੇ ਤੁਸੀਂ ਆਪਣੇ ਰਸਤੇ ਜਾਓ ਸਾਨੂੰ ਆਪਣੇ ਰਸਤੇ ਜਾਣ ਦਿਓ ਸਾਡੀ ਬਾਈਕ 'ਚ ਪੈਟਰੋਲ ਘੱਟ ਆ ਅਸੀਂ ਤਾਂ ਕਾਹਲੀ 'ਚ ਸੀਗੇ ਅਤੇ ਇੰਨਾ ਕਹਿ ਕੇ ਫਿਰ ਅਸੀਂ ਚਲੇ ਗਏ ਪਰ ਅਸੀਂ ਵਿਸ਼ਾਲ ਮੈਗਾ ਮਾਰਟ ਦੇ ਨਾਲ ਦੇ ਪੈਟਰੋਲ ਪੰਪ 'ਤੇ ਅਸੀਂ ਉੱਥੇ ਪੈਟਰੋਲ ਪਾਉਣ ਲਈ ਰੁਕੇ ਉਹ ਗੱਡੀ ਲੈ ਕੇ ਉੱਥੇ ਪੈਟਰੋਲ ਪੰਪ 'ਤੇ ਆ ਗਈ ਗੱਡੀ 'ਚੋਂ ਨਿਕਲੀ ਅਤੇ ਇੱਕਦਮ ਆ ਕੇ ਸਾਡੇ ਨਾਲ ਹੱਥੋਪਾਈ ਕਰਨ ਲੱਗ ਗਈ ਅਤੇ ਇੱਕਦਮ ਪਹਿਲਾਂ ਉਹਨੇ ਮੋਟਰਸਾਈਕਲ 'ਚ ਚਾਬੀ ਕੱਢਣ ਦੀ ਕੋਸ਼ਿਸ਼ ਕੀਤੀ ਚਾਬੀ ਨਹੀਂ ਕੱਢਣ ਦਿੱਤੀ ਮੇਰੇ ਬ੍ਰਦਰ ਦੇ ਉਹਨੇ ਦੋ ਮਾਰੀਆਂ ਫਿਰ ਮੇਰੇ ਵਾਲੀ ਸਾਈਡ ਨੂੰ ਹੋ ਗਈ ਫਿਰ ਕੁੱਟ ਦੇ ਘਟਾਉਂਦੇ ਉਹਨੇ ਬਹੁਤ ਵਾਲ ਖਿੱਚੇ ਮੇਰੇ ਪਿੱਠ 'ਤੇ ਵੀ ਕੁਨੀਆਂ ਮਾਰੀਆਂ ਔਰ ਮੇਰੇ ਹੱਥ 'ਤੇ ਚੱਕ ਵੀ ਵੱਡਿਆ ਔਰ ਮੇਰੇ ਨੱਕ 'ਤੇ ਵੀ ਵੱਜੀ ਹੈ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਕੀਤੀ ਨਹੀਂ ਹੈ ਇਹ ਪਹਿਲਾਂ ਵੀ ਗੁੰਡਾਗਰਦੀ 'ਚ ਰਹੀ ਹੈ ਪਹਿਲਾਂ ਮੁੰਡਿਆਂ ਵੱਲੋਂ ਦੇਖੀ ਜਾਂਦੀ ਸੀ ਪਰ ਹੁਣ ਕੁੜੀ ਵੀ ਹੈ ਗੁੰਡਾਗਰਦੀ 'ਚ ਪਈ ਹੋਈ ਹੈ ਸਾਡੇ ਨਾਲ ਤਾਂ ਪਹਿਲੀ ਵਾਰੀ ਇਹਨੇ ਪੰਗਾ ਲਿਆ ਬਾਕੀ ਪਹਿਲਾਂ ਕਿਸੇ ਨਾਲ ਪੰਗਾ ਲੈਂਦੀ ਰਹਿੰਦੀ ਹੋਣੀ ਹੈ ਅਤੇ ਪੁਲਿਸ ਅਜੇ ਤੱਕ ਕੋਈ ਕਾਰਵਾਈ ਕਰ ਨਹੀਂ ਰਹੀ ਹੈ ਇਸ ਚੀਜ਼ 'ਤੇ ਚਾਹੁੰਦੇ ਹਾਂ ਕਿ ਪੁਲਿਸ ਕਾਰਵਾਈ ਕਰੇ ਇਹਨੂੰ ਇਹ ਦੇ ਕਿ ਤੇਰੀ ਸਜ਼ਾ ਮਿਲੇ ਸੁਰੱਖਿਆ 'ਤੇ ਵੀ ਸਵਾਲ ਉੱਠਦੇ ਨੇ ਵੀ ਪੁਲਿਸ ਦੀ ਕਿੰਨੀ ਕੁ ਸੁਰੱਖਿਆ ਹੈ ਲੋਕਾਂ ਦੀ ਪੁਲਿਸ ਦੀ ਸੁਰੱਖਿਆ ਵੀ ਨਹੀਂ ਹੈਗੀ ਕਹਿ ਸਕਦੇ ਹਾਂ ਕਿਉਂਕਿ ਇਹੋ ਜਿਹੇ ਲੋਕ ਗੁੰਡਾਗਰਦੀ ਆਮ ਕਰੀ ਜਾਂਦੇ ਅੱਜ ਕੱਲ੍ਹ ਪੁਲਿਸ ਇਸ ਚੀਜ਼ 'ਤੇ ਕੋਈ ਐਕਸ਼ਨ ਲੈ ਹੀ ਨਹੀਂ ਰਹੀ
ਮੇਰਾ ਨਾਮ ਅਮਰਿੰਦਰ ਸਿੰਘ ਆ। ਹਾਂਜੀ, ਕਿਸ ਤਰ੍ਹਾਂ ਦੀ ਜਿਹੜੀ ਸ਼ਰਿਆਂ ਵਿੱਚ ਜਿਹੜੀ ਗੁੰਡਾਗਰਦੀ ਹੋਈ ਤੁਹਾਡੇ ਨਾਲ, ਕਿਸ ਤਰ੍ਹਾਂ ਹੋਈ? ਮੈਂ ਆਪਣੀ ਸਿਸਟਰ ਨੂੰ ਛੱਡਣ ਜਾ ਰਿਹਾ ਸੀਗਾ ਹੋਸਪਿਟਲ, ਅਤੇ ਇੱਥੇ ਮਾੜਾ ਜਿਹਾ ਘਰ ਦੇ ਕੋਲ ਹੀ ਗੱਡੀ ਲੱਗ ਗੱਡੀ 'ਚ ਮੋਟਰਸਾਈਕਲ ਮਾੜਾ ਜਿਹਾ ਲੱਗਿਆ ਸੀਗਾ ਸਾਈਡ ਤੋਂ ਓਵਰਟੇਕ ਕਰਨ ਵੇਲੇ, ਅਤੇ ਉਹਨਾਂ ਦੀ ਵੀ ਉੱਧਰ ਕਾਰ ਆ ਗਈ ਸੀਗੀ, ਮਤਲਬ ਉਹ ਰੇਹੜੀ ਸੀਗੀ, ਅਤੇ ਉਹਨਾਂ ਵਿੱਚ ਵੱਜਣ ਲੱਗੇ ਸੀ ਉਹ ਵੀ, ਅਤੇ ਉਹਨਾਂ ਨੇ ਜਦੋਂ ਐਂ ਓਵਰਟੇਕ ਕੀਤਾ ਤਾਂ ਇੱਧਰ ਅਸੀਂ ਵੀ ਕਰ ਲਿਆ, ਅਤੇ ਓਵਰਟੇਕ ਕਰਦੇ ਮਾੜਾ ਜਿਹਾ ਨਾਲ ਲੱਗਿਆ, ਅਤੇ ਉਹਨਾਂ ਨੇ ਉਦੋਂ ਬੋਲਣ ਲੱਗ ਪਏ ਇੱਥੇ, ਬਾਈਕ 'ਚ ਤੇਲ ਥੋੜ੍ਹਾ ਸੀਗਾ ਅਤੇ ਮੈਂ ਥੋੜ੍ਹੀ ਤੇਜ਼ ਕਰ ਲਈ ਸਪੀਡ, ਅਤੇ ਅੱਗੇ ਜਾ ਕੇ ਫਿਰ ਉਹਨਾਂ ਨੇ ਪਿੱਛੋਂ ਗੱਡੀ ਮਾਰਨ ਲੱਗੇ ਬਾਈਕ 'ਚ, ਅਤੇ ਉਦੋਂ ਫਿਰ ਵਿੱਚ ਵੱਜੀ, ਉੱਥੇ ਬਦਬੇਜ਼ੀ ਕੀਤੀ, ਫਿਰ ਉੱਥੇ ਜਾ ਕੇ ਲੜਨ ਲੱਗ ਪਏ ਸਾਡੇ ਨਾਲ, ਕੁੱਟਮਾਰ ਕਰਨ ਲੱਗ ਪਈ, ਚਾਬੀ ਕੱਢਣ ਲੱਗੇ। ਹਾਂਜੀ, ਮੇਰੇ ਨਾਲ ਪਹਿਲਾਂ ਮੇਰੇ ਨਾਲ ਕੀਤੀ, ਚਾਬੀ ਖੋਣ ਲੱਗੇ ਮੈਂ ਖੋਹ ਨਹੀਂ ਦਿੱਤੀ, ਉਦੋਂ ਫਿਰ ਮੇਰੇ ਨਾਲ ਕੀਤੀ ਕੁੱਟਮਾਰ, ਉਸ ਤੋਂ ਬਾਅਦ ਫਿਰ ਜਾ ਕੇ ਸਿਸਟਰ ਦੇ ਗੱਲ ਪੈ ਗਏ ਸੀਗੇ। ਉਹਦੇ ਬਾਰੇ ਤੁਸੀਂ ਪੁਲਿਸ ਨੂੰ ਕੋਈ ਕੈਮਰੇ ਦੇ ਬਾਰੇ ਸੀਸੀਟੀਵੀ ਫੁਟੇਜ ਵੀ ਦਿੱਤੀਆਂ? ਹਾਂਜੀ, ਪੁਲਿਸ ਕੋਲ ਵੀ ਹੈਗੀਆਂ ਨੇ ਪੁਲਿਸ ਸੀਸੀਟੀਵੀ। ਹਾਂ, ਕਿ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ? ਨਹੀਂ, ਅਜੇ ਤੱਕ ਕੋਈ ਨਹੀਂ ਕੀਤੀ। ਤੁਹਾਡਾ ਕੀ ਕਹਿਣਾ ਜੀ ਸ਼ਰਿਆਂ ਜਿਹੜੀ ਬਾਜ਼ਾਰਾਂ 'ਚ ਗੁੰਡਾ ਕਰਦੀ ਹੁੰਦੀ, ਕੀ ਕਹਿਣਾ? ਉਹਦਾ ਸਾਡਾ ਕਹਿਣਾ ਹੈ ਵੀ ਉਹ ਬੰਦ ਕੀਤੀ ਜਾਵੇ, ਮਤਲਬ ਉਹਦਾ ਕਾਰਵਾਈ ਕੀਤੀ ਜਾਵੇ ਇਸ 'ਤੇ, ਵੀ ਉਹਨੂੰ ਫੜਿਆ ਜਾਵੇ, ਜੇਲ੍ਹ ਦੀ ਹਵਾ ਖਵਾਈ ਜਾਵੇ। ਪੀੜਤ ਦੇ ਦਾਦੇ ਦਾ ਕਹਿਣਾ ਹੈ ਕਿ ਪੁਲਿਸ ਇਸ ਗੁੰਡਾਗਰਦੀ ਨੂੰ ਰੋਕ ਸਕਦੀ ਹੈ ਤੇ ਪੁਲਿਸ ਨੂੰ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਨੇ। ਨਾਜੀਤ ਸਿੰਘ ਜੀ, ਕਿੰਨਾਂ ਨਾਲ ਕੁੱਟਮਾਰ ਹੋਈ ਸੀ, ਕੌਣ ਸੀਗੇ? ਇਹ ਮੇਰਾ ਪੋਤਾ ਤੇ ਪੋਤੀ ਜਾ ਰਹੇ ਸੀਗੇ, ਮੇਰੀ ਪੋਤੀ ਨੂੰ ਉਸ ਡਿਊਟੀ KD ਹੋਸਪਿਟਲ 'ਚ ਡਿਊਟੀ ਕਰਦੀ ਐਜ਼ ਏ ਨਰਸਿੰਗ ਜੀ, ਉਹਨੂੰ ਛੱਡਣ ਜਾ ਰਿਹਾ ਸੀ ਜੀ, ਉਹ ਤਾਂ ਜਾਂਦਿਆਂ ਲੱਗਿਆ, ਅਤੇ ਇਹ ਜਾਂਦੇ ਜਾਂਦੇ ਨੇ, ਇਹ ਜਦੋਂ ਜਾ ਰਹੇ ਨੇ ਅਤੇ ਲੱਗ ਗਈ, ਇੱਥੋਂ ਘਰ ਤੋਂ ਨਿਕਲਦੇ ਆ ਥੋੜ੍ਹੀ ਦੂਰ ਬਾਹਰ, ਇਹਨਾਂ ਦੀ ਕਾਰ ਜਿਹੜੀ ਆਈ, ਇੱਧਰੋਂ ਰੇਹੜੀ ਖੜੀ ਸੀ ਅਤੇ ਇੱਧਰੋਂ ਕਾਰ ਦੇ ਵਿੱਚ ਲੜਕੀ ਸੀ ਇੱਕ। ਅੱਛਾ ਜੀ, ਲੜਕੀ ਦਾ ਜਿਸ ਮੈਂ ਤਾਂ ਉਦੋਂ ਪਹਿਲਾਂ ਬਾਈ ਫੇਸ ਉਹਨੂੰ ਨਹੀਂ ਵੇਖਿਆ ਉਹਨੂੰ ਜੇ, ਪਰ ਮੈਂ ਉਹਨੂੰ ਉਹ ਸਾਡੇ ਮੁਹੱਲੇ ਦੇ ਪਿੱਛੇ ਡਾਕਟਰ ਪ੍ਰਦੀਪ ਹੈ ਉਹਦੀ ਲੜਕੀ ਹੈ, ਪਤਾ ਲੱਗਿਆ ਵੀ ਉਹਦੀ ਲੜਕੀ ਹੈ ਜਿਹੜੀ ਸ਼ਰੇਆਮ ਇਸ ਤਰ੍ਹਾਂ ਦੇ ਗੁੰਡਾਗਰਦੀ ਪਹਿਲਾਂ ਵੀ ਕਰਦੀ, ਹੁਣ ਵੀ ਕਰ ਰਹੀ ਹੈ। ਇਹ ਸਾਡੇ ਨਾਲ ਜਿਹੜੀ ਘਟਨਾ ਵਾਪਰੀ ਹੈ, ਇਹ ਬਿਨਾਂ ਮਤਲਬ ਕੋਈ ਤਕਰਾਰ ਨਹੀਂ ਹੋਇਆ, ਕੋਈ ਕੁਛ ਨਹੀਂ ਹੋਇਆ, ਗੱਲ ਵੀ ਝਗੜਾ ਹੋਇਆ ਹੋਵੇ, ਉੱਥੇ ਜਾ ਕੇ ਤੇਲ ਪੈਟਰੋਲ ਪੰਪਾਉਣ ਲੱਗੇ ਨੇ, ਪੈਟਰੋਲ ਪੰਪ ਦਾ ਜੇ ਮੋਟਰਸਾਈਕਲ 'ਤੇ ਬੈਠੇ ਨੇ, ਜਾ ਕੇ ਅਤੇ ਮੁੰਡੇ 'ਤੇ ਜਾ ਕੇ ਥੱਪੜ ਮਾਰੇ ਇਸਨੇ, ਥੱਪੜ ਮਾਰ ਕੇ ਚਾਬੀ ਖੋਣ ਲੱਗ ਗਈ, ਚਾਬੀ ਖੋ ਕੇ ਅਤੇ ਲੜਕੀ ਨੂੰ ਫੜ ਲਿਆ ਵਾਲਾਂ 'ਤੇ, ਬੜਾ ਹੀ ਮਾਰਿਆ, ਜਿੰਨਾ ਵੀ ਉਹਦੇ ਕੋਲ ਹੋ ਸਕਿਆ ਉਹਨੇ ਕਮੀ ਨਹੀਂ ਛੱਡੀ ਜੀ। ਅਸੀਂ ਤਾਂ ਸਾਡੇ ਕਹਿਣ ਦਾ ਤਾਂ ਦਰਖਾਸਤ ਹੈ ਸਾਡੀ ਗੌਰਮੈਂਟ ਦੇ ਅੱਗੇ, ਸਰਕਾਰਾਂ ਦੇ ਅੱਗੇ, ਕਿ ਇਹ ਜਿਹੜੀ ਗੁੰਡਾਗਰਦੀ ਹੈ ਪੁਲਿਸ ਜਿਹੜੀ ਹੈ ਇਸ ਨੂੰ ਰੋਕ ਸਕਦੀ ਆ, ਪਰ ਪੁਲਿਸ ਦਾ ਵੀ ਉਸ ਨੂੰ ਕੋਈ ਭੈ ਨਹੀਂ ਉਸ ਲੜਕੀ ਨੂੰ ਜੇ। ਹਾਂ, ਪੁਲਿਸ ਵਾਲੇ, ਅਸੀਂ ਆਪਣੇ ਵੱਲੋਂ ਪੂਰੀ ਕਾਰਵਾਈ ਕੀਤੀ ਹੈ, ਦਰਖਾਸਤ ਵੀ ਦਿੱਤੀ ਅਸੀਂ ਥਾਣੇ ਦੇ ਵਿੱਚ, ਜੋ ਹੈ ਫਿਰ ਉਸ ਲੜਕੀ ਨੂੰ ਅਸੀਂ ਹੋਸਪਿਟਲ ਲੈ ਕੇ ਗਏ, ਉਹਦੇ ਕਿਉਂ ਬਹੁਤ ਸੱਟਾਂ ਲੱਗੀਆਂ ਸੀਗੀਆਂ, ਉਸ ਗੁੱਝੀਆਂ ਅੰਦਰ ਦੇ, ਅਤੇ ਉਹਦੀਆਂ ਸੱਟਾਂ ਜਾ ਕੇ, ਅਤੇ ਜਾ ਕੇ ਅਸੀਂ ਉੱਥੋਂ ਡਾਕਟਰ ਨੇ ਪਰਚਾ ਕੱਟਿਆ, ਦੂਸਰੇ ਦਿਨ ਸਾਡੇ ਐਕਸਰੇ ਹੋਏ ਨੇ, ਉਸ ਤੋਂ ਬਾਅਦ ਇਹਨਾਂ ਨੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਸ ਜਿਹੜੀ ਬੇਇੱਜ਼ਤੀ ਸਾਡੀ ਪਰਿਵਾਰਕ ਤੌਰ 'ਤੇ ਵੀ ਹੋਈ ਹੈ ਔਰ ਬੱਚਿਆਂ ਦੀ ਬੇਇੱਜ਼ਤੀ ਹੋਈ ਹੈ, ਇਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਔਰ ਉਸ ਨੂੰ ਪੂਰੀ ਤਰ੍ਹਾਂ ਕਟਹਿਰੇ ਦੇ ਵਿੱਚ ਖੜਾ ਕਰਨਾ ਚਾਹੀਦਾ। ਪੁਲਿਸ ਨੇ ਦੱਸਿਆ ਕਿ ਪੀੜਤ ਦੇ ਬਿਆਨ ਲੈ ਲਏ ਗਏ ਹਨ ਤੇ ਮਾਮਲੇ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਫਿਰੋਜ਼ਪੁਰ ਦੇ ਵਿੱਚ ਆਇਆ CCTV ਫੁਟੇਜ ਵੀ ਹੈ, ਜਿਹੜੀ ਲੜਕੀ ਇੱਕ ਗੁੰਡਾਗਰਦੀ ਕਰ ਰਹੀ ਜਿਹੜੀ ਬਾਹਰ ਹੈ। ਹਾਂਜੀ, ਇਹ ਵੇਖਿਆ ਜੇ ਵਟਸਐਪ 'ਤੇ ਆਇਆ ਜੀ, ਕਿਸੇ ਨੇ ਪਾਇਆ, ਪਰਸੋਂ ਦਾ ਚੱਲ ਰਿਹਾ ਹੈ। ਇਹ ਦੋ ਲੜਕੀਆਂ ਦੋਨੋਂ ਹੀ ਬਾਬੇ ਰਾਮ ਲਾਲ ਦੇ ਗੁਰਦੁਆਰੇ ਦੇ ਨੇੜੇ ਦੀਆਂ ਰਹਿਸੀ ਨੇ, ਇੱਕ ਲੜਕੀ ਅਤੇ ਉਸਦਾ ਭਰਾ ਇਹ ਆ ਰਿਹਾ ਸੀ, ਅਤੇ ਦੂਜੀ ਲੜਕੀ ਜਿਹੜੀ ਮੇਰਾ ਖਿਆਲ ਡਾਕਟਰ ਪ੍ਰਦੀਪ ਦੀ ਕਹਿ ਰਹੇ, ਉਹ ਲੜਕੀ ਜਿਹੜੀ ਹੈ ਉਹ ਉਹਦੇ ਕੋਲ ਕਾਰ ਸੀ, ਅਤੇ ਇਹਨਾਂ ਦਾ ਸਕੂਟਰ ਥੋੜ੍ਹਾ ਬਹੁਤ ਕਿਤੇ ਟੱਚ ਕਰ ਗਿਆ, ਉਹ ਆਪਣੀ ਕਾਰ ਲੈ ਕੇ ਇਹਨਾਂ ਦੇ ਪਿੱਛੇ ਆਈ, ਪੈਟਰੋਲ ਪੰਪ 'ਤੇ ਉਹ ਤੇਲ ਪਾਉਣ ਲੱਗੇ, ਅਤੇ ਉਹਦੇ ਵਿੱਚ ਫੋਟੋ ਦੇ ਮੁਤਾਬਕ ਤਾਂ ਉਹ ਕੁੱਟਮਾਰ ਕਰ ਰਹੀ ਕਾਫੀ ਇਹਨਾਂ ਨਾਲ। ਹਾਂ, ਫਿਰ ਉੱਥੇ ਦੋ ਤਿੰਨ ਬੰਦਿਆਂ ਨੇ ਅੱਗੇ ਉਹ ਛੁਡਾਇਆ, ਉਹ ਨਹੀਂ ਆ ਰਿਹਾ ਵਿੱਚ। ਇਹਦੇ ਇਸ ਮਾਮਲੇ ਦੇ ਸਾਡਾ ਜਗੀਰ ਸਿੰਘ ਥਾਣੇਦਾਰ ਹੈ, ਉਹਨੇ ਉਹ ਕੁੜੀ ਦੇ ਬਿਆਨ ਲਿਖ ਕੇ ਅਤੇ ਬਣਦੀ ਕਾਰਵਾਈ ਕੀਤੀ ਹੋਈ ਹੈ, ਰਿਪੋਰਟ ਲਿਖੀ ਹੈ, ਅੱਗੇ ਜੋ ਵੀ ਮਾਮਲਾ ਆਏਗਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏ। ਗੁੰਡਾਗਰਦੀ ਵਰਗੇ ਹਾਦਸੇ ਦਿਨ ਬ ਦਿਨ ਵੱਧਦੇ ਜਾ ਰਹੇ ਨੇ, ਲੋੜ ਹੈ ਇਹਨਾਂ 'ਤੇ ਠੱਲ ਪਾਉਣ ਦੀ। ਪੁਲਿਸ ਨੂੰ ਚਾਹੀਦਾ ਹੈ ਕਿ ਉਹ ਅਜਿਹੀ ਗੁੰਡਾਗਰਦੀ ਨੂੰ ਰੋਕਣ ਅਤੇ ਇਸ ਦੇ ਖਿਲਾਫ਼ ਬਣਦੇ ਕਦਮ ਚੁੱਕਣ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ, ਸਾਂਝਾ TV।